ਕੇ ਜਾਣ ਲਾ, ਸਾਹ ਰੁਕ ਜਾਣ ਲਾ। ਮੋਢੇ ਦੇ ਮੋਢੇ ਦੋਸਤੋ, ਅਸੀਂ ਪਹੁੰਚ ਚੁੱਕੇ ਹਾਂ ਸਪੀਤੀ ਵੈਲੀ ਦੇ ਵਿੱਚ। ਪਿੱਛੇ ਕੁਝ ਸ਼ੋਟ ਜਿਹੜੇ ਤੁਸੀਂ ਦੇਖੇ ਸੀਗੇ ਉਹ ਸੰਗਮ ਹੈ। ਇੱਕ ਪਾਸੇ ਸਤਲੁਜ ਆਉਂਦਾ ਅਤੇ ਦੂਸਰੇ ਪਾਸੇ ਸਪੀਤੀ, ਦੋਨਾਂ ਦਾ ਪਾਣੀ ਥਾਂ 'ਤੇ ਆ ਕੇ ਮਿਲਦਾ। ਪਾਣੀ ਦੇ ਰੰਗ ਵਿੱਚ ਤਾਂ ਕੋਈ ਬਹੁਤਾ ਫਰਕ ਨਹੀਂ, ਪਰ ਸਾਡੇ ਰੰਗ ਵਿੱਚ ਬਹੁਤ ਫਰਕ ਆ ਚੁੱਕਿਆ ਕਿਉਂਕਿ ਅਸੀਂ ਕਿਨੌਰ ਤੋਂ ਸਪੀਤੀ ਵੈਲੀ 'ਚ ਪਹੁੰਚ ਗਏ। ਹੁਣ ਤੁਸੀਂ ਮੇਰੀ ਬੈਕਗਰਾਊਂਡ 'ਤੇ ਦੇਖ ਰਹੇ ਹੋਵੋਗੇ ਕਿ ਗਾਟਾ ਲੂਪ ਸ਼ੁਰੂ ਹੋ ਚੁੱਕੇ ਨੇ। ਗਾਟਾ ਲੂਪਸ ਤੋਂ ਭਾਵ ਹੈ ਕਿ ਚੜ੍ਹਾਈ ਜਿਹੜੀ ਜਿਗ ਜੈਗ ਚੜ੍ਹਾਈ ਹੈ, ਇੱਕ ਉੱਧਰੋਂ ਸਰਕ ਜਾਂਦੀ ਫਿਰ ਵਾਪਸ ਆਉਂਦਾ ਫਿਰ ਜਾਂਦੇ ਹਾਂ, ਇਸ ਤਰ੍ਹਾਂ ਦੀ ਜਿਹੜੀ ਚੜ੍ਹਾਈ ਉਹਨੂੰ ਅਸੀਂ ਗਾਟਾ ਲੂਪਸ ਕਹਿੰਦੇ ਹਾਂ। ਅਤੇ 4 ਕਿਲੋਮੀਟਰ ਦੇ ਲਗਭਗ ਨੇ, 4 ਕਿਲੋਮੀਟਰ ਦੀ ਚੜ੍ਹਾਈ ਅਸੀਂ ਕੋਸ਼ਿਸ਼ ਕਰਾਂਗੇ ਕਿ 1 ਘੰਟਾ ਜਾਂ 1.5 ਘੰਟੇ ਵਿੱਚ ਖਤਮ ਕਰ ਲਈਏ।
ये 4 किलोमीटर सानू इस करके घट लगते हैं क्योंकि इस तो पहला जो असं सांगला गए सी सांगला की चढ़ाई 16 किलोमीटर सी तो बहुत स्टीप सी उद नालों ये चढ़ाई बहुत ज़्यादा सौखी है। आओ देखते हैं अगे साढ़े न की बीतती है। Thank you.